ਵਾਸੀ ਨੇ ਗੱਲ ਪੁੱਛਣਾ ਚਾਹੁੰਦਾ ਜਿਹੜੇ ਆ ਇੱਥੇ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਨੇਗੇ ਜੇ ਇਹਨਾਂ ਨੂੰ ਮੋਦੀ ਇਹ ਗੱਲ ਕਹੇ ਵੀ 2 ਮਹੀਨੇ ਕਰੋਨਾ ਤੋਂ ਬਾਹਰ ਨਹੀਂ ਨਿਕਲਣਾ ਇਹ ਲੋਕਾਂ ਨੇ 2 ਮਹੀਨੇ ਬਾਹਰ ਨਹੀਂ ਨਿਕਲੇ ਪਰ ਜੇ ਮੈਂ ਜਿਹੜੇ ਸ਼ਹਿਰ ਨਿਵਾਸੀਆਂ ਨੂੰ ਗੱਲ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਸ਼ਹਿਰ ਨਿਵਾਸੀ ਇੱਥੇ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਨੇਗੇ ਆ ਧੁੱਪੇ ਬੈਠੇ ਬਜ਼ੁਰਗ ਨੌਜਵਾਨਾਂ ਨੂੰ ਇਹ ਕੀ ਕਹਿ ਰਹੇ ਨੇ ਕਿ ਅਸੀਂ ਆਪਦੇ ਕੰਮ ਜਾਣਾ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਜਾਣਾ ਅਸੀਂ ਉੱਧਰ ਜਾਣਾ ਅਸੀਂ ਇੱਧਰ ਜਾਣਾ ਜੇ ਤਾਂ ਇਹਨਾਂ ਨੂੰ ਮੋਦੀ ਕਹੇ ਵੀ 2 ਮਹੀਨੇ ਕਰੋਨਾ ਤੁਸੀਂ ਬਾਹਰ ਨਿਕਲਣਾ 2 ਮਹੀਨੇ ਬਾਹਰ ਨਹੀਂ ਨਿਕਲਣਗੇ ਪਰ ਜੇ ਅੱਜ ਕਿਸਾਨਾਂ ਨੇ ਕਹਿਤਾ ਜਿਹੜਾ ਤੁਹਾਡਾ ਢਿੱਡ ਭਰਦਾ ਪੂਰੇ ਦੁਨੀਆ ਦਾ ਢਿੱਡ ਭਰਦਾ ਤਾਂ ਤੁਸੀਂ ਉਹਦੇ ਕਹਿਣ ਤੇ ਇੱਕ ਦਿਨ ਤੁਸੀਂ ਘਰਾਂ 'ਚ ਨਹੀਂ ਬੈਠ ਸਕਦੇ ਜਾਂ ਅੰਦੋਲਨ 'ਚ ਨਹੀਂ ਆ ਕੇ ਬੈਠ ਸਕਦੇ ਕਿੱਥੇ ਤੁਸੀਂ ਸਾਡਾ ਸਮਰਥਨ ਦਿਓ ਕਿੱਥੇ ਤੁਸੀਂ ਸਾਡਾ ਸਹਿਯੋਗ ਦਿਓ ਕਿੱਥੇ ਤੁਸੀਂ ਸਾਡੇ ਜਿਹੜੇ ਬੈਠੇ ਧੁੱਪੇ ਬੈਠੇ ਉਹਨਾਂ ਨੂੰ ਤੰਗ ਪ੍ਰਚਾਰ ਕਰ ਰਹੇ ਹੋ ਇਸ ਕਰਕੇ ਵੀਰੋ ਜੇ ਇਹਨਾਂ ਨੂੰ ਮੋਦੀ ਕਹੇ ਵੀ ਤਾੜੀਆਂ ਵਜਾਉਣੀਆਂ ਨੇ ਥਾਲੀਆਂ ਵਜਾਉਣੀਆਂ ਨੇ ਮੋਮਬੱਤੀਆਂ ਜਗਾਉਣੀਆਂ ਨੇਗੀਆਂ ਇਹ ਲੋਕ ਉਹਦੇ ਕਹਿਣ ਤਾਂ ਜਗਾਉਣਗੇ ਜਿਹੜੇ ਲੋਕ ਪੂਰਾ ਦੇਸ਼ ਦਾ ਢਿੱਡ ਭਰਦੇ ਨੇ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੈਗੇ ਸਹਿਮਤ ਹੋ ਨਾ ਗੱਲ ਸਹੀ ਹੈ ਨਾ ਜੀ ਇਹ ਮੇਰੀ ਗੱਲ ਇਸ ਕਰਕੇ ਮੈਂ ਬੇਨਤੀ ਕਰਦਾ ਪਟਿਆਲਾ ਨਿਵਾਸੀਆਂ ਨੂੰ ਖਾਸ ਕਰਕੇ ਸ਼ਹਿਰ ਨਿਵਾਸੀਆਂ ਨੂੰ ਮੈਂ ਬੇਨਤੀ ਕਰਦਾ ਸੀ ਦੇਖਿਆ ਵੀ ਪਿੰਡਾਂ ਦੇ ਵਿੱਚ ਸਾਡੇ ਮੈਂ ਖਾਸ ਕਰਕੇ ਮੈਂ ਉਹਦੇ 3-4 ਜ਼ਿਲ੍ਹਿਆਂ ਦੀ ਗੱਲ ਕਰਾਂ ਸੰਗਰੂਰ ਬਰਨਾਲਾ ਬਠਿੰਡਾ ਮਾਨਸਾ ਦੀ ਗੱਲ ਕਰਾਂ ਸਾਡੇ ਲੋਕ ਹਰ ਸਾਰੇ ਪਿੰਡਾਂ ਦੇ ਵਿੱਚ ਤੁਸੀਂ ਦੇਖ ਲਓ ਅੰਦੋਲਨ ਦੇ ਨਾਲ ਲੋਕ ਜੁੜੇ ਹੋਏ ਨੇਗੇ ਤੁਸੀਂ ਵੀ ਅੰਦੋਲਨ ਨਾਲ ਜੁੜੇ ਹੋਏ ਹੋ ਪਰ ਮੈਂ ਗੱਲ ਕਹਿਣਾ ਚਾਹੁੰਦਾ ਅਸੀਂ ਕਿਤੇ ਨਾ ਕਿਤੇ ਆ ਜਿਹੜਾ ਪਟਿਆਲੇ ਏਰੀਏ ਦੀ ਖਾਸ ਕਰਕੇ ਮੈਂ ਪਿੰਡਾਂ ਦੀ ਗੱਲ ਕਰਾਂ ਅਸੀਂ ਰਾਜਨੀਤਿਕ ਪਾਰਟੀਆਂ ਨਾਲ ਬਹੁਤ ਸਾਰਾ ਚਾਰੇ ਜੁੜੇ ਹੋਏ ਆ ਸਾਨੂੰ ਰਾਜਨੀਤਿਕ ਪਾਰਟੀਆਂ ਨਾਲ ਟੁੱਟਣਾ ਪੈਣਾ ਸਾਨੂੰ ਆਪਣੇ ਕਿਸਾਨੀ ਅੰਦੋਲਨ ਨਾਲ ਸਾਨੂੰ ਇਕੱਠੇ ਹੋਣਾ ਪੈਣਾ ਜਿਹੜੇ ਅਸੀਂ ਰਾਜਨੀਤਿਕ ਪਾਰਟੀਆਂ ਦੇ ਪਿੱਛੇ ਆ ਹੁਣ ਤੁਸੀਂ ਦੇਖਿਆ ਨਾ ਬੇਸ਼ੱਕ ਇੱਕ ਮੈਂ ਗੱਲ ਕਹਿ ਕੇ ਜਾਣਾ ਬੇਸ਼ੱਕ ਮੇਰਾ ਭਰਾ ਇੱਥੇ ਕੋਈ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਅੱਜ 6 ਕੈਪਟਨ ਅਮਰਿੰਦਰ ਸਿੰਘ ਨੇ ਕੁਰਸੀ ਛੱਡਿਆ ਅਸਤੀਫਾ ਦਿੱਤਾ ਇਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਕਹਿਣ ਤੇ ਨਹੀਂ ਦਿੱਤਾ ਇਹ ਅੰਦੋਲਨ ਦੀ ਦੇਣ ਹੈ ਇਹ ਅੰਦੋਲਨ ਦੇ ਦੇਣ ਨੇ ਅੱਜ ਲੋਕ ਜਾਗਰੂਕ ਹੋਏ ਨੇਗੇ ਅੱਜ ਉਹ ਦਿਨ ਦੂਰ ਨਹੀਂ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਉਹ ਦਿਨ ਦੂਰ ਨਹੀਂ ਜਿਸ ਦਿਨ ਮੋਦੀ ਵੀ ਅਸਤੀਫਾ ਦੇਊਗਾ ਤੁਸੀਂ ਇੱਕ ਤਾਂ ਰਾਜਨੀਤਿਕ ਪਾਰਟੀਆਂ 2022 ਦੀ ਵੋਟਾਂ ਦੀ ਗੱਲ ਕਰਦੇ ਨੇ ਅਸੀਂ ਅੰਦੋਲਨ ਦੀ ਗੱਲ ਕਰਦੇ ਹਾਂ ਸਾਡੇ ਲਈ ਵੋਟਾਂ ਜ਼ਰੂਰੀ ਨਹੀਂ ਹੈਗੀਆਂ ਸਾਡੇ ਲਈ ਅੰਦੋਲਨ ਜ਼ਰੂਰੀ ਹੈ ਅੱਜ ਪੰਜਾਬ ਦੇ ਵਿੱਚ 2022-22 ਹੋਈ ਜਾਂਦੀ ਹੈ ਖਾਸ ਕਰਕੇ ਮੈਂ ਗੱਲ ਪੁੱਛਣਾ ਚਾਹੁੰਦਾ ਖਾਸ ਕਰਕੇ ਮੇਰੇ ਪਟਿਆਲਾ ਨਿਵਾਸੀਆਂ ਨੂੰ ਕਿ ਅਸੀਂ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੇ ਹਾਂ ਜਿਸਾ ਕਾਂਗਰਸ ਹੋਵੇ ਬੇਸਾ ਅਕਾਲੀ ਹੋਵੇ ਮੈਂ ਗੱਲ ਪੁੱਛਣਾ ਚਾਹੁੰਦਾ ਜਿਹੜੀ ਅਸੀਂ ਕੰਪਨੀ ਦਾ ਅਸੀਂ ਵਿਦਰੋਹ ਕਰਦੇ ਹਾਂ ਪੰਜਾਬ ਭਾਰਤ ਕਿਹੜਾ ਬਾਈ ਕੋਈ ਲਾਂਗੇ ਲਈ ਕਹਿ ਰਿਹਾ ਕਿਹੜਾ ਜ਼ਿੰਮੇਵਾਰ ਬੰਦਾ ਕਿਸਾਨ ਮਜ਼ਦੂਰ ਏਕਤਾ